ਓਹੋ, ਇਹਦਾ ਤੀਰ ਸਹੀ ਨਿਸ਼ਾਨੇ ਤੇ ਨਹੀਂ ਲੱਗਿਆ। ਕੀ ਮਤਲਬ ਹੋਇਆ ਤੀਰ ਸਹੀ ਨਿਸ਼ਾਨੇ ਤੇ ਨਹੀਂ ਲੱਗਿਆ? ਮਤਲਬ ਐਂਗਲ ਸਹੀ ਨਹੀਂ ਲਗਾਏ। ਕੀ ਮਤਲਬ? ਆਓ ਦੇਖ। ਡਾਕਟਰ, 6 ਲਾਈਨਸ ਐਂਡ ਐਂਗਲਸ, ਰੇਖਾਵਾਂ ਅਤੇ ਕੋਣ ਦੀ ਐਕਸਰਸਾਈਜ਼ 6.2 ਦਾ ਚੌਥਾ ਸਵਾਲ ਕਰਦਾ। ਤੁਹਾਡੇ ਸਾਹਮਣੇ ਮੈਂ ਇੱਕ ਡਾਇਗ੍ਰਾਮ ਬਣਾਈ ਹੈ, ਉਹਦੇ 'ਚ ਕੁਛ ਚੀਜ਼ਾਂ ਆਪਾਂ ਨੂੰ ਦਿੱਤੀਆਂ ਹੋਈਆਂ, ਕੁਛ ਪਤਾ ਕਰੀਏ। ਸਭ ਤੋਂ ਪਹਿਲੀ ਚੀਜ਼ ਦਿੱਤਾ ਏਬੀ ਪੈਰਲਲ ਸੀਡੀ। ਪੈਰਲਲ ਦਾ ਨਿਸ਼ਾਨ ਕਿਹੜਾ ਹੁੰਦਾ? ਦੋ ਲਾਈਨ। ਏਬੀ ਪੈਰਲਲ ਸੀਡੀ ਮਤਲਬ ਕੀ ਹੈ? ਦੋਵਾਂ ਲਾਈਨਾਂ ਦੇ ਵਿਚਕਾਰ ਹਰ ਕਿਤੇ ਦੂਰੀ ਕੀ ਹੈ? ਬਰਾਬਰ। ਵੈਰੀ ਗੁੱਡ। ਕੀ ਹੈ? ਬਰਾਬਰ। ਜੇ ਆ ਦੋ ਲਾਈਨਾਂ ਸਮਾਂਤਰ ਹੈ, ਇਸਦਾ ਮਤਲਬ ਚਾਹੇ ਮੈਂ ਇੱਥੇ ਦੂਰੀ ਮਾਪ ਲਾ ਆਪਸ, ਚਾਹੇ ਇਸਨੇ ਮਾਪਲਾ ਚਾਹੇ ਇੱਥੇ ਮਾਪਲਾ, ਦੂਰੀ ਕੀ ਹੋਗੀ? ਬਰਾਬਰ। ਉਹ ਦੋ ਲਾਈਨਾਂ ਨੂੰ ਸਮਾਂਤਰ ਕਹਿੰਦੇ ਆ, ਇੰਗਲਿਸ਼ ਚ ਪੈਰਲਲ ਕਹਿੰਦੇ ਆ, ਤੇ ਨਿਸ਼ਾਨ ਐਵੇਂ ਦਾ ਹੁੰਦਾ ਦੋ ਲਾਈਨ। ਠੀਕ ਹੈ। ਹੁਣ ਇਹਦਾ ਕੀ ਮਤਲਬ ਹੈ? ਜੇ ਆਪਾਂ ਨੂੰ ਕਿਸੇ ਨੇ ਕਹਿਤਾ ਕਿ ਆ ਦੋ ਲਾਈਨਾਂ ਪੈਰਲਲ ਹੈ, ਤੇ ਇਹਨਾਂ ਆਪਾਂ ਨੂੰ ਕੀ ਫਾਇਦਾ ਹੈ? ਇਹਨਾਂ ਫਾਇਦਾ ਇਹ ਹੈ ਕਿ ਜੇ ਦੋ ਲਾਈਨਾਂ ਪੈਰਲਲ ਹੈ ਤੇ ਉਹਨਾਂ ਉੱਪਰ ਇੱਕ ਲਾਈਨ ਉਹਨਾਂ ਨੂੰ ਕੱਟਦੀ ਪਈ ਹੈ। ਆ ਦੋ ਲਾਈਨਾਂ ਪੈਰਲਲ ਹੈ, ਆ ਲਾਈਨ ਇਹ ਦੋਵਾਂ ਨੂੰ ਇੱਕ ਇੱਕ ਬਿੰਦੂ ਤੇ ਕੀ ਕਰਦੀ ਪਈ ਹੈ? ਕੱਟਦੀ ਹੈ। ਇਸ ਕਰਕੇ ਇਹਨੂੰ ਕਾਟਵੀਂ ਰੇਖਾ ਟ੍ਰਾਂਸਵਰਸਲ ਕਹਿੰਦੇ ਆ। ਤੇ ਇਹਨਾਂ ਕੀ ਫਾਇਦਾ ਹੁੰਦਾ? ਇਹਨਾਂ ਉੱਪਰ ਜਿਹੜੇ ਕੋਨਾਂ ਦੇ ਜੋੜੇ ਬਣਦੇ ਆ ਉਹ ਆਪਸ ਕੀ ਹੋ ਜਾਂਦੇ ਆ? ਬਰਾਬਰ। ਜੇ ਲਾਈਨਾਂ ਕੀ ਹੋਣ? ਪੈਰਲਲ ਸਮਾਂਤਰ। ਜੇ ਲਾਈਨਾਂ ਪੈਰਲਲ ਨਾ ਹੋਣ, ਐਵੇਂ ਹੋਵੇ, ਨਾ ਲਾਈਨਾਂ ਆਪਸ ਪੈਰਲਲ ਹੈ ਨਹੀਂ, ਤਾਂ ਫਿਰ ਕੋਨੇ ਜਿਹੜੇ ਇਹਨਾਂ ਦੇ ਅੰਦਰ ਬਣਨਗੇ, ਜਿਵੇਂ ਆਹ ਕੋਨ ਬਣਦਾ ਪਿਆ, ਆਹ ਕੋਨ ਬਣਦਾ ਪਿਆ, ਤਾਂ ਇਹਨਾਂ ਦੇ ਅੰਦਰ ਜਿਹੜੇ ਕੋਨ ਬਣਨਗੇ ਉਹ ਆਪਸ ਚ ਬਰਾਬਰ ਨਹੀਂ ਹੋਣਗੇ। ਤਾਂ ਹੀ ਆਪਾਂ ਕਹਿੰਦੇ ਕਿ ਲਾਈਨਾਂ ਪੈਰਲਲ ਹੋਣ ਤਾਂ ਆਪਾਂ ਨੂੰ ਕੋਨਾਂ ਦੇ ਜੋੜੇ ਜਿਹੜੇ ਬਣਦੇ ਉਹ ਕੀ ਹੋ ਜਾਂਦੇ ਆ? ਬਰਾਬਰ। ਕੋਨ ਆਪਾਂ ਕਈ ਤਰ੍ਹਾਂ ਦੇ ਕੀਤੇ ਸੀ, ਇਕਾਂਤਰ ਕੋਨ, ਸ਼ਿਖਰ ਸਨਮੁਖ ਕੋਨ ਵਗੈਰਾ। ਹੁਣ ਇਹਦੇ ਚ ਦੇਖੋ, ਇਹਦੇ ਚ ਸਭ ਤੋਂ ਪਹਿਲਾਂ ਤਾਂ ਇਹ ਗੱਲ ਹੈ, ਆਹ ਜਿਹੜੀ ਏ ਬੀ ਲਾਈਨ ਸੀ ਡੀ ਦੇ ਕੀ ਹੈ? ਸਮਾਂਤਰ। ਤਾਂ ਹੁਣ ਆਹ ਲਾਈਨ ਇਹ ਦੋਵਾਂ ਨੂੰ ਕੀ ਕਰਦੀ ਪਈ ਆ? ਕੱਟਦੀ ਪਈ। ਤਾਂ ਇਹਦਾ ਮਤਲਬ ਜਿਹੜੇ ਲਾਈਨ ਦੇ ਦੋਵੇਂ ਅਲੱਗ ਅਲੱਗ ਪਾਸੇ ਕੋਨ ਬਣੇ ਆ, ਇੱਕ ਕੋਨ ਆਏ ਇਸ ਲਾਈਨ ਦੇ ਇਧਰਲੇ ਪਾਸੇ ਬਣੇ ਆ, ਇੱਕ ਇਧਰਲੇ। ਤਾਂ ਆਪਾਂ ਕੀਤਾ ਸੀ ਕਿਹੜੇ ਕੋਨ ਹੁੰਦੇ ਆ? ਆਹ ਲਾਈਨ ਹੈ ਇੱਧਰ ਤੇ ਇੱਧਰ, ਆਹ ਦੋਵੇਂ ਕੋਨ ਕਿਹੜੇ ਕੋਨ? ਅੰਦਰਲੇ ਤਾਂ ਹੁੰਦੇ ਆ। ਹਾਂ, ਇਕਾਂਤਰ ਕੋਨ ਕਿਹੜੇ ਕੋਨ ਹੁੰਦੇ ਆ? ਇਕਾਂਤਰ ਕੋਨ, ਇੰਗਲਿਸ਼ ਕਹਿੰਦੇ ਆ ਆਲਟਰਨੇਟ ਐਂਗਲ। ਕੀ ਖਾਸੀਅਤ ਹੈ? ਲਾਈਨ ਦੇ ਉਲਟ ਪਾਸੇ ਇਹ ਅਲੱਗ ਅਲੱਗ ਹੁੰਦੇ, ਇੱਕ ਕੋਨ ਇੱਧਰਲੇ ਪਾਸੇ, ਇੱਕ ਕੋਨ ਦੂਜੇ ਪਾਸੇ, ਇਹਨਾਂ ਨੂੰ ਇਕਾਂਤਰ ਕੋਨ ਕਹਿੰਦੇ। ਤਾਂ ਇਹ ਹਮੇਸ਼ਾ ਕੀ ਹੋਣਗੇ? ਬਰਾਬਰ। ਕਿਉਂ? ਕਿਉਂਕਿ ਇਹ ਜਿੰਨਾ ਉੱਪਰ ਬਣੀਆਂ ਲਾਈਨਾਂ ਕੀ ਆਪਸ ਚ ਸਮਾਂਤਰ। ਤਾਂ ਇਸ ਦਾ ਮਤਲਬ ਐਕਸ ਤੇ ਆ ਦੋਵੇਂ ਕੀ ਹੋ ਗਏ? ਆਪਸ ਚ ਬਰਾਬਰ। ਤਾਂ ਐਕਸ ਦਾ ਮੁੱਲ ਕਿੰਨਾ ਆ ਗਿਆ? 50 ਡਿਗਰੀ। ਇਹੀ ਆਪਾਂ ਪਤਾ ਕਰਨਾ ਸੀ, 50 ਐਕਸ ਤੇ ਵਾਈ ਦਾ ਮੁੱਲ ਪਤਾ ਕਰਨਾ। ਆਪਾਂ ਆ ਕੋਨ ਦੋ ਦਿੱਤੇ ਹੋਏ ਆ, ਤਾਂ ਐਕਸ ਦਾ ਆਪਾਂ 50 ਨਾਲ ਹਿਸਾਬ ਕਿਤਾਬ ਲੜਾ ਲਿਆ, ਤੇ ਇਸ ਦਾ ਮਤਲਬ ਐਕਸ ਦਾ ਮੁੱਲ ਆਪਣੇ ਕੋਲ 50 ਡਿਗਰੀ ਆ ਗਿਆ। ਠੀਕ ਹੈ ਜੀ। ਹੁਣ ਇੰਨਾ ਲਿਖ ਲਈਏ, ਕਿਵੇਂ ਲਿਖਾਂਗੇ? ਏ ਬੀ ਸਮਾਂਤਰ ਸੀ ਡੀ, ਤੇ ਕਿਹੜੀ ਲਾਈਨ ਕਾਟਣੀ ਹੈ? ਲਾਈਨ ਦਾ ਨਾਮ ਕੀ ਹੈ?
ਥੱਲੇ ਵੀ ਪੀ ਕਿਉ, ਇੱਕ ਕੋਨਾ ਪੀ ਹੈ ਦੂਜਾ ਕੋਨਾ ਕਿਉ, ਤਾਂ ਪੀ ਕਿਉ ਕਾਟਵੀਂ ਰੇਖਾ ਹੈ। ਇੰਗਲਿਸ਼ ਮੀਡੀਅਮ ਵਾਲੇ ਲਿਖ ਲਓ, ਪੀ ਕਿਉ ਇਜ਼ ਅ ਟ੍ਰਾਂਸਵਰਸਲ ਲਾਈਨ। ਇਸ ਦਾ ਮਤਲਬ ਕੀ ਲਿਖਾਂਗੇ, ਐਕਸ ਬਰਾਬਰ 50 ਡਿਗਰੀ, ਬ੍ਰੈਕਟ ਲਿਖਾਂਗੇ ਇਕਾਂਤਰ ਕੋਣ। ਇੰਗਲਿਸ਼ ਵਾਲੇ ਲਿਖਾਂਗੇ ਆਲਟਰਨੇਟ ਐਂਗਲ। ਠੀਕ ਹੈ ਜੀ, ਕੋਲ ਐਕਸ ਤੇ ਵਾਈ ਦਾ ਮੁੱਲ ਪਤਾ ਕਰਨਾ ਸੀ, ਐਕਸ ਦਾ ਮੁੱਲ ਆਪਾਂ ਕੱਢ ਲਿਆ, ਕਿਵੇਂ ਆਹ ਦੋਵੇਂ ਕਿਹੜੇ ਕੋਲ ਬਣਦੇ ਸੀ ਇਕਾਂਤਰ। ਹੁਣ ਆਪਾਂ ਵਾਈ ਦਾ ਇਹ ਕੋਨਾ ਨਾਲ ਹਿਸਾਬ ਕਿਤਾਬ ਟਾਂਕਾ ਫਿਕਸ ਕਰ, ਹਿਸਾਬ ਕਿਤਾਬ ਸੈੱਟ ਕਰ। ਜੇ ਵਾਈ ਦਾ ਹਿਸਾਬ ਕਿਤਾਬ ਸੈੱਟ ਹੋ ਗਿਆ ਤਾਂ ਆਪਣੇ ਕੋਲ ਵਾਈ ਦਾ ਮੁੱਲ ਵੀ ਆ ਗਿਆ। ਹੁਣ ਫੇਰ ਉਹੀ ਗੱਲ, ਧਿਆਨ ਨਾਲ ਦੇਖਿਓ, ਆ ਲਾਈਨ ਹੈ ਆਵਲਾ ਕੋਨ ਤੇ ਆਵਲਾ ਕੋਨ, ਇਹ ਕਿਹੜਾ ਕੋਨ ਬਣਦਾ? ਧਿਆਨ ਨਾਲ ਦੇਖਿਓ, ਆਪਾਂ ਹੁਣੇ ਕੀਤਾ ਮਤਲਬ ਪੰਜਾਹ ਬਾਈ ਪੂਰਾ ਇਕਾਂਤਰ ਕੋਣ ਥੋੜਾ ਥੋੜਾ ਫਰਕ। ਠੀਕ ਹੈ ਜੀ, ਹੁਣ ਕੀ ਲਿਖਾਂਗੇ, ਏ ਬੀ ਸਮਾਂਤਰ ਸੀ ਡੀ। ਹੁਣ ਕਾਟਵੀਂ ਰੇਖਾ ਵਾਲੀ ਲਾਈਨ ਦਾ ਕੀ ਨਾਮ ਹੈ? ਮਤਲਬ 127 ਡਿਗਰੀ ਬਰਾਬਰ ਵਾਈ ਪਲੱਸ 50 ਡਿਗਰੀ। ਹੁਣ 50 ਜਦੋਂ ਇੱਧਰ ਆਊਗਾ ਕੀ ਬਦਲਾਂਗੇ? ਪੰਜਾਹ ਵਾਈ ਦਾ ਮੁੱਲ ਆ ਗਿਆ 70, ਇਹ ਪਤਾ ਕਰਨਾ ਸੀ, ਸਮਾਂ ਲੱਗ ਗਈ।